ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਦਬੜੀ ਖਾਨਾ ਅਤੇ ਅੱਜ ਇੱਕ ਵਾਰ ਫਿਰ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਕੁਦਰਤੀ ਖੇਤੀ ਤਹਿਤ ਆਪਣੀ ਘਰੇਲੂ ਲੋੜ ਵਾਸਤੇ ਆਲੂਆਂ ਦੀ ਜ਼ਹਿਰ ਮੁਕਤ ਕਾਸ਼ਤ ਕਰਨ ਦਾ ਇੱਕ ਬੇਹੱਦ ਸਰਲ, ਸ਼ਾਨਦਾਰ ਅਤੇ ਅਜਮਾਇਆ ਹੋਇਆ ਸਫਲ ਤਰੀਕਾ। ਕੁਦਰਤੀ ਖੇਤੀ ਤਹਿਤ ਆਲੂਆਂ ਦੀ ਕਾਸ਼ਤ ਕਰਨ ਦੇ ਇਸ ਨਵੇਕਲੇ ਤਰੀਕੇ ਦੀ ਖੋਜ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਤੋਂ ਸਾਡੇ ਇੱਕ ਨੌਜਵਾਨ ਕੁਦਰਤੀ ਖੇਤੀ ਕਿਸਾਨ ਭਰਾ ਸਰਦਾਰ ਰਵਦੀਪ ਸਿੰਘ ਵੱਲੋਂ ਕੀਤੀ ਗਈ। ਇਸ ਤਰੀਕੇ ਨਾਲ ਜਿੱਥੇ ਅਸੀਂ ਸਰਦਾਰ ਰਵਦੀਪ ਸਿੰਘ ਦੇ ਖੇਤ ਆਲੂਆਂ ਦੀ ਕਾਸ਼ਤ ਕਰਦੇ ਪਏ ਹਾਂ, ਉੱਥੇ ਸਰਦਾਰ ਸੁਖਵਿੰਦਰ ਸਿੰਘ ਪੱਪੀ ਜੀ ਅਤੇ ਰਾਜਵਿੰਦਰ ਧਾਲੀਵਾਲ ਲੋਹਾਰਾ ਕੁਦਰਤੀ ਖੇਤੀ ਫਾਰਮ ਵਾਲਿਆਂ ਦੇ ਖੇਤ 'ਚ ਵੀ ਆਲੂਆਂ ਦੀ ਕਾਸ਼ਤ ਕਰਦੇ ਪਏ ਹਾਂ। ਕੀ ਹੈ ਇਹ ਤਰੀਕਾ, ਕਿਸ ਤਰ੍ਹਾਂ ਇਸ ਤਰੀਕੇ ਨਾਲ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ, ਇਹ ਜਾਣਨ ਲਈ ਕਿਰਪਾ ਕਰਕੇ ਵੀਡੀਓ ਨੂੰ ਕਰੋ ਸ਼ੇਅਰ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈੱਲ ਆਈਕੋਨ 'ਤੇ ਕਲਿੱਕ ਕਰਨਾ ਨਾ ਭੁੱਲਿਓ। ਦੋਸਤੋ, ਇਸ ਤਰੀਕੇ ਨਾਲ ਆਲੂਆਂ ਦੀ ਕਾਸ਼ਤ ਕਰਨ ਵਾਸਤੇ ਸਭ ਤੋਂ ਪਹਿਲਾਂ ਆਲੂਆਂ ਦੇ ਬੀਜ ਨੂੰ ਬੀਜ ਅੰਮ੍ਰਿਤ ਜਾਂ ਵੇਸਟ ਡੀਕੰਪੋਜ਼ਰ ਦੇ ਘੋਲ ਨਾਲ ਸ਼ੁੱਧ ਕਰ ਲਓ, ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਦੇ ਪਏ ਹੋ। ਇੰਨੀ ਕੁ ਮਾਤਰਾ 'ਚ ਬੀਜ ਅੰਮ੍ਰਿਤ ਜਾਂ ਵੇਸਟ ਡੀਕੰਪੋਜ਼ਰ ਦਾ ਘੋਲ ਆਲੂਆਂ ਦੇ ਉੱਪਰ ਵੀਡੀਓ ਵਿੱਚ ਦਿਖਾਏ ਜਾ ਰਹੇ ਅਨੁਸਾਰ ਛਿੜਕੋ ਤਾਂ ਕਿ ਇਕੱਲਾ ਇਕੱਲਾ ਆਲੂ ਗਿੱਲਾ ਹੋ ਜਾਵੇ ਇਸ ਘੋਲ ਦੇ ਨਾਲ, ਇਹ ਘੋਲ ਇਕੱਲੇ ਇਕੱਲੇ ਆਲੂ ਨੂੰ ਲੱਗ ਜਾਵੇ। ਉਪਰੰਤ ਇਹ ਸ਼ੁੱਧ ਕੀਤੇ ਹੋਏ ਆਲੂ ਖੇਤ 'ਚ ਲੈ ਜਾਓ, ਜਿੱਥੇ ਕਿ ਤੁਸੀਂ ਪਹਿਲਾਂ ਹੀ ਕੋਈ 1.5 ਫੁੱਟ ਚੌੜੇ ਬੈੱਡ ਬਣਾ ਰੱਖੇ ਆ। ਹੁਣ ਇਹਨਾਂ ਬੈੱਡਾਂ ਦੇ ਉੱਪਰ ਅਗਲਾ ਕੰਮ ਜਿਹੜਾ ਤੁਸੀਂ ਕਰਨਾ, ਵੀਡੀਓ 'ਚ ਦੇਖਦੇ ਪਏ ਹੋਵੋਗੇ ਇਸ ਦਿਖਾਏ ਗਏ ਅਨੁਸਾਰ, ਬੈੱਡਾਂ ਦੇ ਉੱਪਰ ਰੂੜੀ ਦੀ ਗਲੀ ਸੜੀ ਖਾਦ ਜਾਂ ਗੰਡੋਇਆਂ ਦੀ ਖਾਦ ਜਾਂ ਗੋਬਰ ਗੈਸ ਵਾਲੀ ਸਲਰੀ ਦੇ ਵਿੱਚ ਸਰ੍ਹੋਂ ਦੀ ਪੀਸੀ ਹੋਈ ਖਲ ਮਿਕਸ ਕਰਕੇ ਬੈੱਡਾਂ ਦੇ ਉੱਪਰ ਇਹਦਾ ਛੱਟਾ ਮਾਰੋ। ਕੋਈ ਇੱਕ ਕਨਾਲ ਏਰੀਏ ਵਾਸਤੇ 1 ਕੁਇੰਟਲ ਇਹ ਜਿਹੜੀ ਤਿਆਰ ਖਾਦ ਵੇਸਟ ਡੀਕੰਪੋਜ਼ਰ ਨਾਲ ਤਿਆਰ ਕੀਤੀ ਹੋ ਸਕਦੀ ਹੈ, ਗੰਡੋਇਆਂ ਨਾਲ ਤਿਆਰ ਕੀਤੀ ਹੋ ਸਕਦੀ ਹੈ ਜਾਂ ਬਾਇਓਗੈਸ ਨਾਲ ਤਿਆਰ ਕੀਤੀ ਹੋ ਸਕਦੀ ਹੈ। 1 ਕੁਇੰਟਲ ਇਹ ਖਾਦ ਅਤੇ ਉਹਦੇ ਵਿੱਚ ਕੋਈ 10 ਕਿਲੋ ਜਿਹੜੀ ਹੈਗੀ ਹੈ ਸਰ੍ਹੋਂ ਦੀ ਖਲ ਦਾ ਪਾਊਡਰ ਮਿਕਸ ਕਰਨ ਉਪਰੰਤ ਬੈੱਡਾਂ ਦੇ ਉੱਪਰ ਇਹਦਾ ਛੱਟਾ ਮਾਰ ਦਿਓ, ਜਿਵੇਂ ਕਿ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ। ਛੱਟਾ ਮਾਰਨ ਉਪਰੰਤ ਤੁਸੀਂ 1 ਬੈੱਡ ਦੇ ਉੱਪਰ 2 ਲਾਈਨਾਂ ਆਲੂ ਲਾਉਣੇ ਹੈ ਅਤੇ ਉਹਦੇ ਲਈ ਤੁਸੀਂ 2 ਲਾਈਨਾਂ ਖਿੱਚ ਲਓ ਕਿਸੇ ਔਜ਼ਾਰ ਦੀ ਵਰਤੋਂ ਕਰਦੇ ਹੋਏ, ਜਿਵੇਂ ਵੀਡੀਓ 'ਚ ਦਿਖਾਇਆ ਗਿਆ 2 ਲਾਈਨਾਂ ਬੈੱਡ ਦੇ ਉੱਪਰ ਨਿਸ਼ਾਨੀ ਲਾਉਣ ਲਈ ਖਿੱਚ ਲਓ। 2 ਲਾਈਨਾਂ ਖਿੱਚਣ ਉਪਰੰਤ ਇਹਨਾਂ ਲਾਈਨਾਂ ਦੇ ਵਿੱਚ ਆਹਮੋ ਸਾਹਮਣੇ 1-1 ਗਿੱਠ ਦੇ ਉੱਤੇ ਆਲੂ ਰੱਖਦੇ ਜਾਓ। ਇਹ ਕਰਨ ਉਪਰੰਤ ਇਹਨਾਂ ਆਲੂਆਂ ਨੂੰ 4 ਤੋਂ ਲੈ ਕੇ 6 ਇੰਚ ਮੋਟੀ ਪਰਾਲੀ ਦੀ ਤਹਿ ਨਾਲ ਢੱਕ ਦਿਓ, ਜਿਵੇਂ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਇਹ ਕੰਮ ਹੁੰਦਾ ਹੋਇਆ ਦੇਖਦੇ ਪਏ ਹੋ। ਅਜਿਹਾ ਕਰਨ ਉਪਰੰਤ ਤੁਹਾਡੀ ਕੁਦਰਤੀ ਖੇਤੀ ਤਹਿਤ ਮਲਚਿੰਗ ਵਿਧੀ ਨਾਲ ਆਲੂਆਂ ਦੀ ਬਿਜਾਈ ਦਾ ਕੰਮ ਮੁਕੰਮਲ ਹੋ ਗਿਆ ਅਤੇ ਹੁਣ ਖੇਲਾਂ ਦੇ ਵਿੱਚ ਤੁਸੀਂ ਲੋੜ ਅਨੁਸਾਰ ਪਾਣੀ ਦਿੰਦੇ ਰਹਿਣਾ। ਪਹਿਲਾਂ ਪਾਣੀ ਤਾਂ ਨਾਲ ਦੀ ਨਾਲ ਹੀ ਦੇ ਦੇਣਾ, ਉਸ ਤੋਂ ਬਾਅਦ ਲੋੜ ਅਨੁਸਾਰ ਪਾਣੀ ਦਿੰਦੇ ਰਹਿਣਾ ਅਤੇ ਹਰ ਪਾਣੀ ਦੇ ਨਾਲ 1 ਕਨਾਲ ਮਗਰ 20 ਲੀਟਰ ਵੇਸਟ ਡੀਕੰਪੋਜ਼ਰ ਅਤੇ 20 ਲੀਟਰ ਹੀ ਗੁੜ ਜਾਲਾ ਮਰਤ ਦਿੰਦੇ ਰਹਿਣਾ। ਉਸ ਤੋਂ ਬਾਅਦ ਇਹਨਾਂ ਆਲੂਆਂ ਦੇ ਅਡੀਸ਼ਨਲ ਪਾਲਣ ਪੋਸ਼ਣ ਵਾਸਤੇ ਜਿਹੜੇ ਅਡੀਸ਼ਨਲ ਸਪਲੀਮੈਂਟਸ ਦੇਣੇ ਹੁੰਦੇ ਆ, ਖੁਰਾਕੀ ਤੱਤ ਦੇਣੇ ਹੁੰਦੇ ਆ, ਉਹਦੇ ਲਈ ਤੁਸੀਂ ਪ੍ਰਤੀ ਪੰਪ 2 ਲੀਟਰ ਪਾਥੀਆਂ ਦਾ ਪਾਣੀ ਅਤੇ 1 ਲੀਟਰ ਖੱਟੀ ਲੱਸੀ ਦਾ ਜਿਹੜਾ ਇਸਤੇਮਾਲ ਕਰਦੇ ਹੋਏ ਉਹਦੀ ਸਪਰੇਅ ਕਰਦੇ ਰਹਿਣਾ। ਹਰ ਹਫ਼ਤੇ ਸਪਰੇਅ ਕਰ ਸਕੋ ਤਾਂ ਜ਼ਿਆਦਾ ਵਧੀਆ ਹੋਏਗਾ। ਤਾਂ 2 ਲੀਟਰ ਪਾਥੀਆਂ ਦਾ ਪਾਣੀ, 1 ਲੀਟਰ ਖੱਟੀ ਲੱਸੀ 16 ਲੀਟਰ ਵਾਲੇ ਪੰਪ ਦੇ ਵਿੱਚ ਪਾ ਕੇ ਤੁਸੀਂ ਇਹਦੀ ਸਪਰੇਅ ਕਰਨੀ ਹੈ। 1 ਕਨਾਲ ਏਰੀਏ ਵਾਸਤੇ
ਇਹ ਜਿਹੜਾ ਘੋਲ ਕਾਫੀ ਹੈ ਛਿੜਕਾਓ ਲਈ। ਇਹ ਛਿੜਕਾਓ ਕਰਦੇ ਹੋਏ ਜਿਹੜੇ ਤੁਹਾਡੇ ਆਲੂ ਹੈ ਉਹਨਾਂ ਦੀ ਭਰਪੂਰ ਗਰੋਥ ਵੀ ਹੋਏਗੀ ਅਤੇ ਨਾਲ ਦੀ ਨਾਲ ਉਹਨਾਂ ਨੂੰ ਲੱਸੀ ਦੇ ਕਰਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਆ ਫੰਗਸ ਵਗੈਰਾ ਦੀ ਸਮੱਸਿਆ ਨਹੀਂ ਆਊਗੀ। ਅਤੇ ਤੁਹਾਨੂੰ ਧਿਆਨ 'ਚ ਹੋਣਾ ਚਾਹੀਦਾ ਕਿ ਜ਼ਿਆਦਾਤਰ ਕੀੜੇ ਅਤੇ ਬਿਮਾਰੀਆਂ ਦਾ ਸੰਬੰਧ ਤੁਹਾਡੇ ਖੇਤਾਂ ਦੇ ਵਿੱਚ ਲਗਾਤਾਰ ਅਤੇ ਜ਼ਿਆਦਾ ਲਾਏ ਜਾ ਰਹੇ ਪਾਣੀ ਨਾਲ ਹੁੰਦਾ। ਅਤੇ ਇਸ ਖੇਤੀ ਦੇ ਵਿੱਚ ਅਸੀਂ ਜਿਹੜੇ ਹੈਗੇ ਆ ਆਲੂਆਂ ਨੂੰ ਪਾਣੀ ਦੇ ਹੀ ਨਹੀਂ ਰਹੇ, ਪਾਣੀ ਖੇਲਾਂ 'ਚ ਜਾ ਰਿਹਾ ਅਤੇ ਆਲੂਆਂ ਤੱਕ ਸਲਾਬ ਜਾ ਰਹੀ ਹੈ। ਅਤੇ ਆਲੂ ਜਿਹੜੇ ਹੈਗੇ ਆ ਬੈੱਡ ਦੇ ਟੋਪ 'ਤੇ ਦੋ ਲਾਈਨਾਂ ਦੇ ਵਿੱਚ ਅਸੀਂ ਰੱਖੇ ਹੋਏ ਆ ਇੱਕ ਇੱਕ ਗਿਰ ਦੇ ਫਾਸਲੇ 'ਤੇ। ਇਸ ਤਰੀਕੇ ਨਾਲ ਤੁਸੀਂ ਬਹੁਤ ਹੀ ਆਸਾਨੀ ਨਾਲ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਅਤੇ ਪੋਸ਼ਣ ਭਰਪੂਰ ਆਲੂਆਂ ਦੀ ਜਿਹੜੀ ਹੈਗੀ ਆ ਕਾਸ਼ਤ ਕਰ ਸਕਦੇ ਹੋ। ਅਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਜੇਕਰ ਤੁਸੀਂ ਇਸ ਵਿਧੀ ਨਾਲ ਪੈਦਾ ਕੀਤੇ ਹੋਏ ਆਲੂ ਆਪਣੇ ਹੱਥੀਂ ਆਪਣੇ ਖੇਤ ਦੇ ਵਿੱਚ ਖਾ ਲਏ ਤਾਂ ਤੁਸੀਂ ਬਾਜ਼ਾਰੂ ਆਲੂਆਂ ਵੱਲ ਕਦੇ ਮੂੰਹ ਨਹੀਂ ਕਰੋਗੇ। ਸੋ ਦੋਸਤੋ, ਇਹ ਸੀ ਆਲੂਆਂ ਦੀ ਕੁਦਰਤੀ ਖੇਤੀ ਤਹਿਤ ਆਲੂਆਂ ਦੀ ਕਾਸ਼ਤ ਕਰਨ ਦੀ ਇੱਕ ਬੇਹੱਦ ਸਰਲ, ਸ਼ਾਨਦਾਰ, ਸਫਲ ਅਤੇ ਅਜਮਾਈ ਹੋਈ ਵਿਧੀ ਜਿਹੜੀ ਕਿ ਇੱਕ ਕਿਸਾਨ ਦੁਆਰਾ ਖੋਜੀ ਗਈ ਹੈ। ਉਹ ਕਿਸਾਨ ਸਾਡੇ ਤੁਹਾਡੇ 'ਚੋਂ ਹੀ ਹੈ, ਸਰਦਾਰ ਰਵਦੀਪ ਸਿੰਘ, ਪਿੰਡ ਫਰਵਾਹੀ, ਜ਼ਿਲ੍ਹਾ ਬਰਨਾਲਾ। ਇਸ ਵਿਧੀ ਤਹਿਤ ਆਲੂਆਂ ਦੀ ਕਾਸ਼ਤ ਕਰਨ ਲਈ ਕੋਈ ਹੈਵੀ ਮਸ਼ੀਨਰੀ ਨਹੀਂ ਚਾਹੀਦੀ, ਜ਼ਿਆਦਾ ਪਾਣੀ ਨਹੀਂ ਚਾਹੀਦਾ ਅਤੇ ਆਲੂ ਬਹੁਤ ਸੋਹਣੇ ਅਤੇ ਸਾਡੀ ਉਮੀਦ ਅਨੁਸਾਰ ਸਾਨੂੰ ਮਿਲ ਜਾਂਦੇ ਆ। ਸਾਈਜ਼ ਬਹੁਤ ਵਧੀਆ ਬਣਦਾ, ਜਿਵੇਂ ਕਿ ਤੁਸੀਂ ਦੇਖਦੇ ਪਏ ਹੋਵੋਗੇ, ਇਹ ਸਾਈਜ਼ ਦੇ ਆਲੂ ਇਸ ਵਿਧੀ ਨਾਲ ਤੁਹਾਨੂੰ ਪ੍ਰਾਪਤ ਹੋਣਗੇ। ਤੁਸੀਂ ਚਿੱਟੇ ਆਲੂਆਂ ਦੀ ਕਾਸ਼ਤ ਕਰਨੀ ਆ, ਚਿੱਟਿਆਂ ਦੀ ਕਰੋ, ਲਾਲ ਆਲੂਆਂ ਦੀ ਕਾਸ਼ਤ ਕਰਨੀ ਆ, ਲਾਲ ਆਲੂਆਂ ਦੀ ਕਰੋ। ਅਤੇ ਆਖਿਰ ਦੇ ਵਿੱਚ ਜਿਹੜੇ ਖੇਤ ਦੀਆਂ ਇਹ ਫੁਟੇਜ ਤੁਸੀਂ ਦੇਖੀਆਂ ਹੈਗੀਆਂ ਆਲੂਆਂ ਦੀ ਖੇਤੀ ਦੀ ਬਿਜਾਈ ਹੁੰਦੀ ਹੋਈ ਦੀਆਂ, ਉਹ ਖੇਤ ਹੈ ਲੁਹਾਰਾ ਕੁਦਰਤੀ ਖੇਤੀ ਫਾਰਮ, ਪਿੰਡ ਲੁਹਾਰਾ, ਜ਼ਿਲ੍ਹਾ ਮੋਗਾ, ਨੇੜੇ ਬਿਲਾਸਪੁਰ, ਸਰਦਾਰ ਰਾਜਵਿੰਦਰ ਸਿੰਘ ਧਾਲੀਵਾਲ ਜੀਆਂ ਦਾ ਖੇਤ। ਅਤੇ ਇਸ ਖੇਤ ਦੇ ਨਾਲ ਜੁੜੀ ਹੋਈ ਇੱਕ ਸੂਚਨਾ ਤੁਹਾਡੇ ਨਾਲ ਸਾਂਝੀ ਕਰਨੀ ਮੈਂ ਬਹੁਤ ਜ਼ਰੂਰੀ ਸਮਝਦਾ। ਇਸ ਖੇਤ ਦੇ ਵਿੱਚ ਕੁਦਰਤੀ ਖੇਤੀ ਤਹਿਤ ਗੰਨੇ ਦੀ ਸ਼ਾਨਦਾਰ ਕਾਸ਼ਤ ਕੀਤੀ ਗਈ ਹੈ ਅਤੇ ਉਸ ਗੰਨੇ ਤੋਂ ਨਵੰਬਰ ਦੇ ਮਹੀਨੇ 'ਚ ਗੁੜ ਬਣ ਕੇ ਤਿਆਰ ਹੋਣਾ ਸ਼ੁਰੂ ਹੋ ਜਾਏਗਾ। ਮਤਲਬ ਅਸੀਂ ਨਵੰਬਰ ਦੇ ਮਹੀਨੇ 'ਚ ਕੁਦਰਤੀ ਖੇਤੀ ਤਹਿਤ ਪੈਦਾ ਕੀਤੇ ਗਏ ਗੰਨੇ ਤੋਂ ਕੁਦਰਤੀ ਵਿਧੀਆਂ ਨਾਲ ਤਿਆਰ ਕੀਤਾ ਹੋਇਆ ਗੁੜ ਉਸੇ ਖੇਤ ਦੇ ਵਿੱਚ ਬੇਲ ਨਾਲ ਲੱਗ ਚੁੱਕਿਆ ਤੁਹਾਨੂੰ ਉਪਲਬਧ ਕਰਾਉਣ ਦੀ ਸਥਿਤੀ 'ਚ ਹੋਵਾਂਗੇ। ਸੋ ਜੋ ਵੀ ਮਿੱਤਰ ਪਿਆਰੇ ਆਪਣੇ ਪਰਿਵਾਰਾਂ ਨੂੰ ਜ਼ਹਿਰ ਮੁਕਤ ਜੈਵਿਕ ਗੁੜ ਦੀ ਸੁਗਾਤ ਦੇਣਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਸਰਦਾਰ ਰਾਜਵਿੰਦਰ ਸਿੰਘ ਧਾਲੀਵਾਲ ਜੀਆਂ ਨਾਲ ਸੰਪਰਕ ਕਰਕੇ ਹੁਣੇ ਤੋਂ ਆਪਣੇ ਲਈ ਗੁੜ, ਸ਼ੱਕਰ ਆਦਿ ਦੀ ਜਿਹੜੀ ਹੈਗੀ ਹੈ ਬੁਕਿੰਗ ਕਰ ਲਓ। ਰਾਜਵਿੰਦਰ ਧਾਲੀਵਾਲ ਜੀਆਂ ਦਾ ਨੰਬਰ ਹੈ 94-641-76-076, 9464-1-76-076। ਸੋ ਰਾਜਵਿੰਦਰ ਧਾਲੀਵਾਲ ਜੀ ਨਾਲ ਸੰਪਰਕ ਕਰਕੇ ਤੁਸੀਂ ਲੁਹਾਰਾ ਕੁਦਰਤੀ ਖੇਤੀ ਫਾਰਮ 'ਤੇ ਤਿਆਰ ਕੀਤੇ ਜਾ ਰਹੇ ਔਰਗੈਨਿਕ ਗੁੜ ਅਤੇ ਸ਼ੱਕਰ ਦੀ ਜਿਹੜੀ ਹੈਗੀ ਆ ਖਰੀਦੀ ਵੀ ਕਰ ਸਕਦੇ ਹੋ ਅਤੇ ਉੱਥੇ ਤੁਹਾਨੂੰ ਔਰਗੈਨਿਕ ਲਸਣ ਵੀ ਮਿਲੇਗਾ, ਸਰੋਂ ਦਾ ਤੇਲ ਵੀ ਮਿਲੇਗਾ। ਸੋ ਜੋ ਵੀ ਤੁਹਾਡੀ ਇੱਛਾ ਹੈਗੀ ਹੈ ਆਪਣੇ ਪਰਿਵਾਰ ਨੂੰ ਸ਼ੁੱਧ ਔਰਗੈਨਿਕ ਭੋਜਨ ਖਵਾਉਣ ਦੀ, ਉਹ ਰਾਜਵਿੰਦਰ ਧਾਲੀਵਾਲ ਜੀ ਨਾਲ ਸੰਪਰਕ ਕਰਕੇ ਤੁਸੀਂ ਔਡਰ ਬੁੱਕ ਕਰ ਸਕਦੇ ਹੋ ਅਤੇ ਉਹਨਾਂ ਤੋਂ ਪ੍ਰਾਪਤ ਕਰ ਸਕਦੇ ਹੋ। ਲੁਹਾਰਾ ਫਾਰਮ ਦੀ ਲੋਕੇਸ਼ਨ ਤੁਹਾਨੂੰ ਗੂਗਲ ਮੈਪ ਦੇ ਉੱਪਰ ਮਿਲ ਜਾਏਗੀ। ਜਦੋਂ ਤੁਸੀਂ ਗੂਗਲ ਮੈਪ ਦੇ ਵਿੱਚ ਲੁਹਾਰਾ ਫਾਰਮ ਟਾਈਪ ਕਰੋਗੇ ਤਾਂ ਗੂਗਲ ਮੈਪ ਤੁਹਾਨੂੰ ਜਿਹੜਾ ਹੈਗਾ ਸਿੱਧਾ ਲੁਹਾਰਾ ਫਾਰਮ ਲਿਜਾ ਉਤਾਰੇਗਾ। ਲੁਹਾਰਾ ਫਾਰਮ ਦੇ ਸਪੈਲਿੰਗ LOHARA FARM ਲੁਹਾਰਾ ਫਾਰਮ,
ਤਾਂ ਇਸ ਗੂਗਲ ਮੈਪ ਦਾ ਇਸਤੇਮਾਲ ਕਰਦੇ ਹੋਏ ਵੀ ਤੁਸੀਂ ਲੁਹਾਰਾ ਫਾਰਮ 'ਤੇ ਪਹੁੰਚ ਸਕਦੇ ਹੋ। ਲੁਹਾਰਾ ਫਾਰਮ ਪਿੰਡ ਲੁਹਾਰਾ ਨੇੜੇ ਬਿਲਾਸਪੁਰ ਜ਼ਿਲ੍ਹਾ ਮੋਗਾ। ਦੋਸਤੋ ਅੱਜ ਲਈ ਇੰਨਾ ਹੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਉਮੀਦ ਨਾਲ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਦਾ ਲਾਹਾ ਲੈਂਦੇ ਹੋਏ ਆਪਣੇ ਪਰਿਵਾਰਾਂ ਲਈ ਜ਼ਹਿਰ ਮੁਕਤ ਆਲੂਆਂ ਦੀ ਕਾਸ਼ਤ ਕਰਨ ਦਾ ਉਪਰਾਲਾ ਲਾਜ਼ਮੀ ਕਰੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।